Ya sudah di ਮੇਰਾ ਇਹਨਾਂ ਨੂੰ ਮੈਂ ਪੁੱਛਿਆ ਜੀ ਕਿ ਬੱਸ ਤੁਸੀਂ ਨਹਿਰ ਤੇ ਰੋਕੋਗੇ ਕਿ ਬੱਸ ਅੱਡੇ ਜਾਓਗੇ? ਇਹ ਕਹਿੰਦੇ ਅਸੀਂ ਬੱਸ ਅੱਡੇ ਨਹੀਂ ਜਾਣਾ, ਤੁਸੀਂ ਆਪਣੀਆਂ ਸਵਾਰੀਆਂ ਨਹਿਰ ਤੇ ਬਣਾ ਲਓ। ਜਦੋਂ ਅਸੀਂ ਨਹਿਰ ਟੱਪਿਆ ਮੈਂ ਕਨੈਕਟਰ ਨੂੰ ਪੁੱਛਿਆ ਵੀ ਤੂੰ ਬੱਸ ਕਿਉਂ ਨਹੀਂ ਰੋਕੀ? ਕਹਿੰਦਾ ਮੈਂ ਨਹੀਂ ਰੋਕਦਾ, ਜੇ ਤੁਸੀਂ ਉਤਰਨਾ ਇੱਥੇ ਉਤਰ ਜਾਓ। ਇੰਨੇ ਦੇ ਹੁਣੇ ਮੇਰਾ ਦੋਸ਼ ਪੇੜੇ ਮਾਰਤੇ। ਹੁਣ ਸਾਡੀ ਇਹਦੇ 'ਚ ਗਲਤੀ ਕੀ ਆ ਕਿ ਅਸੀਂ ਬੱਸ ਤੇ ਚੜ੍ਹੇਗੇ ਤੇ ਕੁੜੀਆਂ ਵੀ ਕਿਆ ਕਰੋ? ਅਲਮਾਰੀ ਫੜੀ ਥੱਲੇ ਘਿਸੜ ਕੇ ਜਾ ਰਿਹਾ ਤੇ ਡਰਾਈਵਰ ਨੇ ਫੁੱਲ ਤੇਲ ਭਜਾਈ ਆ ਤੇ ਕੁਦਰਤੀ ਡਰਾਈਵਰ ਦੀ ਨਾ ਸ਼ਰਟ ਹੱਥ ਜਾਈ ਆ। ਆਹ ਬੁੜੀਆਂ ਵਿਚਾਰੀਆਂ ਮਤ ਕਰਦੀਆਂ ਵੀ ਬੁਲਾ ਲਿਆ ਹੈਗਾ ਸਾਰੇ ਜਿੰਨੇ ਵੀ ਇਹਨਾਂ ਦੇ ਬਸੀ ਨੇ ਰੋਕੀ ਨੀ, ਸਾਨੂੰ ਕਹਿੰਦਾ ਵੀ ਅਸੀਂ ਬਾਹਰ ਦੀ ਬਾਰੀ ਲੈ ਕੇ ਜਾਣਾ। ਚਲੋ ਫਾਟਕ ਬੰਦ ਸੀ, ਇਹਦਾ ਵੀ ਕਸੂਰ ਨਹੀਂ ਹੈ, ਪਰ ਯਾਦ ਬਾਰ ਬਾਰ ਲੈ ਕੇ ਸਾਨੂੰ ਦੱਸਣਾ ਚਾਹੀਦਾ ਸੀ ਇਹਨੂੰ। ਸਾਡੇ ਨਾਲ ਧੱਕਾ ਕਰਦਾ ਕਨੈਕਟਰ ਨੇ ਆਪਦੇ ਬੰਦੇ ਭੇਜੇ ਆ ਵੀ ਇਕੱਲਾ ਹੈਗਾ, ਅਸੀਂ ਦੇ ਨਾਲ ਆ, ਅਸੀਂ ਦੇ ਨਾਲ ਖੜੇ ਆ। ਕਨੈਕਟਰ ਆਵੇ ਇੱਥੇ, ਪੁਲਿਸ ਆਊਗੀ, ਕਾਰਵਾਈ ਹੋਊਗੀ ਤਾਂ ਫਿਰ ਅਸੀਂ ਸੰਤੁਸ਼ਟੀ ਕਰਾਂਗੇ, ਅਦਰਵਾਈਜ਼ ਅਸੀਂ ਨਹੀਂ ਜਾਂਦੇ ਇੱਥੇ, ਬਸ ਇੱਥੇ ਹੀ ਲੱਗੀ ਰਹੂਗੀ। ਇਹਨਾਂ ਦੇ ਰਿਸ਼ਤੇਦਾਰ ਮੇਰਾ ਪਿਓ ਮਰ ਗਿਆ, ਮੈਂ ਤਾਂ ਡੈਥ ਤੇ ਜਾ ਰਹੀ। ਸ਼ਰੇਆਮ ਪੀਪ ਵਾਲਿਆਂ ਦੀ ਗੁੰਡਾਗਰਦੀ ਹੈ, ਇਹ ਗੁੰਡਾਗਰਦੀ ਨਹੀਂ ਚੱਲਣਦੇ ਨਹੀਂ ਅਸੀਂ। ਦੋ ਤਿੰਨ ਚਪੇੜਾ ਸਾਡੇ ਸਾਹਮਣੇ ਦੇਖਦੇ ਦੇਖਦੇ ਮਾਰਤਾ ਦੀ ਗੁੰਡਾਗਰਦੀ ਹੈ ਇਹਨਾਂ ਦੀ। ਚਿੱਤਰ ਪਰੇਡ ਇਹਨਾਂ ਦੀ ਹੋਣ ਵਾਲੀ ਆ, ਹੁਣ ਕੰਮ ਨੇੜੇ ਹੀ ਹੈ ਇਹਨਾਂ ਦਾ। ਆ 4 ਤਰੀਕ ਨੂੰ ਇਹਨਾਂ ਦਾ ਕੰਮ ਹੋਊਗਾ। 2 ਮਿੰਟ ਦਾ ਟਾਈਮ ਪਿੱਛੇ ਬੰਦੇ ਚੱਲ ਰਹੇ ਨੇ ਭੈਣ ਨੂੰ। ਹੋਰ ਸਿੱਖ ਬਹੁਤ ਠੀਕ ਹੈ, ਹੋ ਗਈ ਕਰੀ ਸੈਂਡ ਵੀਰ ਬਣ ਕੇ ਨੰਬਰ ਦੇ ਯਾਰ ਮੇਰੇ ਦੇ ਚਾਰ ਨੰਬਰ ਕੋਕ ਤੇ ਚੱਲ ਰਿਹਾ ਮੇਰਾ ਨੰਬਰ। ਇੱਕ ਮਿੰਟ ਗੱਲ ਕਿਸੇ ਹੋਰ ਨੂੰ ਕੱਢਣ ਜਾਂਦਾ ਭੈਣ।